विलायत हर बंदे को सुनी, लोगों को सुनी, जाकर को सुनी। आज विलायत अली सुनिए पाक सैयद आदि जुबानी। विलायत अली सुनिए पाक सैयद आदि जुबानी। बहुत बहुत सारे मिलते सिरों पे जो वहादत की तलवार है, काफिरों पे जो वहादत की तलवार है, फातिमा सुविला की जिम्मेदार है, काफिरों पे जो वहादत की तलवार है, फातिमा उस विला की जिम्मेदार है, इसलिए खून की वादी में आई हूँ मैं, इसलिए खून की वादी में आई हूँ मैं, मेरी चादर अली की मददगार है, काफिरों पे जो वहादत की। पाक भी फिजा फरमंद ने पाक भी दिल क्या इतना जरूरी सी तोड़ा खून दे मैदान चाना। पाक भी फरमंद ने फिजा बहुत जरूरी सी, खून पे जहरा का वादा वफा हो गया, मेरा शोहर की वादी में आई हूँ मैं, इसलिए खून की वादी में आई हूँ मैं, मेरी चादर अली की मददगार है, काफिरों पे जो सलावत पढ़ ले सकते जब अली ने विला को बदन दे दिया, मैंने तोहफे में फौरन हसन दे दिया, ना रुकेगा विलायत का ये कारवां, ना रुकेगा विलायत का ये कारवां, क्योंकि शब्बीर इसका सलवात पढ़िए सब। फिर सलवात पढ़िए सर। पढ़ो पढ़ो भी सलवात पढ़ो सर। फिर मैं बस नहीं, मैं पंज तनी हाँ पंज मिनट दे अंदर जंगना मुकावा, फिर मैं बस नहीं। मौला अली बादशाह फरमाया, अब्बास आज मेरा दिल है कि मेरी यह जंग मेरे सीधा मेरा पुत्र लड़े। मौला सुन बादशाह गया
ਉਹਨੇ ਕਿਹਾ ਨਹੀਂ ਤੁਸੀਂ ਤੈਨੂੰ ਪਹਿਲੇ ਦੇ ਦਿਨ ਤੋਂ ਮੁਹੰਮਦ ਦੇ ਪੁੱਤਰ ਮੈਂ ਅਲੀ ਫਰਮਾਇਆ ਮੇਰੇ ਪੁੱਤਰ ਲੜਨ ਮੌਲਾ ਗਾਜ਼ੀ ਪਾਤਸ਼ਾਹ ਫਰਮਾਇਆ ਬਾਬਾ ਮੈਂ ਲੜਾਂ ਮੌਲਾ ਅਲੀ ਪਾਤਸ਼ਾਹ ਫਰਮਾਇਆ ਅਬਾਸ ਤੂੰ ਲੜ ਸੀ ਅਬਾਸ ਤੂੰ ਕਦੀ ਜੰਗ ਲੜੀ ਨਹੀਂ ਅਬਾਸ ਤੂੰ ਕਦੀ ਜੰਗ ਲੜੀ ਨਹੀਂ ਤੇ ਜੰਗ ਵੀ ਤੇਰੀ ਪਹਿਲੀ ਹੈ ਸਾਨੂੰ ਵੀ ਤੇਰਾ ਛੋਟਾ ਤੇ ਮੌਲਾ ਅਲੀ ਪਾਤਸ਼ਾਹ ਨੂੰ ਮੌਲਾ ਗਾਜ਼ੀ ਪਾਤਸ਼ਾਹ ਫਰਮਾਉਂਦੇ ਨੇ ਮਨ ਦਾ ਬਚਪਨ ਹੈ ਜੰਗ ਵੇ ਪਹਿਲੀ ਮਨ ਦਾ ਬਚਪਨ ਹੈ ਜੰਗ ਮੇਰੇ ਪਹਿਲੀ ਆਹਦੇ ਹੈ ਸਿਆਣੇ ਗਏ ਨਸਲਾਂ ਤੇ ਮੁਕਦੀਏ ਤਿੰਨ ਲੱਖ ਵੀ ਹੋਵਨ ਤੇ ਥੋੜੇ ਤੇ ਦਿਸਦੇ ਸਾਰੇ ਮੁਕਾ ਦੇ ਸਾ ਦੋਜ਼ਕ ਪਹੁੰਚਾ ਦੇ ਸਾ ਬਾਬਾ ਜੀ ਵਾਦਾ ਮੇਰਾ ਮੇਰੇ ਜੇ ਬੱਚੇ ਦੁਨੀਆ ਦੇ ਅੰਦਰ ਜੰਮਣ ਜੇ ਮਾਵਾ ਫਿਰ ਮੈਂ ਆਵਾਸੇ ਬਾਬਾ ਜੀ ਨਾ ਤੁਹਾਡਾ ਤੇਰਾ ਤੇ ਪੜ ਪੜ ਕੇ ਜੰਗ ਲੜਨੀ ਸਿੱਖ ਲਈਏ ਖਿਆਲਾਂ ਚ ਲੜ ਲੜ ਕੇ ਜੋ ਸੋਚਿਆ ਹੈ ਮੈਂ ਉਹ ਕਰੇ ਸਾ ਕਦੀ ਬਣ ਕੇ ਹਮਜ਼ਾ ਕਦੀ ਬਣ ਕੇ ਜਾਫਰ ਕਦੀ ਬਣੇ ਅਲੀ ਦਾ ਬਣ ਕੇ ਮੁਕੰਮਲ ਸ਼ੇਰੇ ਖੁਦਾ ਤੋਂ ਮੋਨਾ ਚੁਮਾਵਾ ਫਿਰ ਵੀ ਸਲਵਾਤ ਖੁਸ਼ ਕਿਸਮਤ ਹੈ ਜਰਾ ਬਣ ਜਾਵੇ ਹੁਬਦਾਰ ਅਲੀ ਦੇ ਪੁੱਤਰਾਂ ਦਾ ਸਾਨੂੰ ਜਾਣ ਤੋਂ ਪਿਆਰਾ ਹੈ ਲੱਗਦਾ ਹੈ ਸਵਾਰ ਅਲੀ ਦੇ ਪੁੱਤਰਾਂ ਦਾ ਖੁਸ਼ ਕਿਸਮਤ ਹੈ ਜਰਾ ਦੱਸਣਾ ਚਾਹੁੰਦਾ ਕਿ ਜਿਸ ਅਜ਼ਮਤ ਤੇ ਮਾਲਕਾਂ ਦਾ ਜ਼ਿਕਰ ਹੋਣਾ ਉਹ ਜ਼ਿਕਰ ਮਜਲਿਸ ਕਰਵਾਉਣ ਵਾਲਾ ਕੌਣ ਹੋਣਾ ਚਾਹੀਦਾ ਹੈ ਮਜਲਿਸ ਪੜ੍ਹਨ ਵਾਲਾ ਕੌਣ ਹੋਣਾ ਚਾਹੀਦਾ ਹੈ ਮਜਲਿਸ ਸੁਣਨ ਵਾਲਾ ਕੌਣ ਹੋਣਾ ਚਾਹੀਦਾ ਮਜਲਿਸ ਦਾ ਬਾਨੀ ਓ ਰੱਬ ਹੋਵੇ ਅੱਗੇ ਸੁਣਦੀ ਪਾਕ ਬਤੂਲ ਹੋਵੇ ਕਰ ਮਜਲਿਸ ਉਹਨਾਂ ਆਖਿਆ ਤੂੰ ਆਪਣਾ ਘੋੜਾ ਤੋਂ ਕੱਢਿਆ ਜੇ ਤੁਹਾਨੂੰ ਵੀ ਪਤਾ ਸਾਡੀਆਂ ਜਨਾਨੀਆਂ ਕਿਹੜੀਆਂ ਸ਼ਬੀਰ ਦੀ ਪਾਕ ਸਵਾਰੀਏ ਕੁਝ ਸੋਚ ਸਮਝ ਕੇ ਭੋਕਿਆ ਕਹੇ ਜਿਹਦਾ ਕਲਮਾ ਪੜਨਾ ਏ ਉਹ ਬੰਦਿਆ ਕੁਝ ਉਹਦੇ ਬਾਰੇ ਸੋਚਿਆ ਕਹੇ ਖੁਦਿਆ ਤੂੰ ਮੁਹੰਮਦ ਬਣਦਾ ਸ਼ਾਮ ਹੋਈ
शान उड़ीके शाम होई है सुगरा परेशान उड़ीके तैनु अकबर शाम होई है सुहरा परेशान उड़ीके फजर तो पहला आम सले ते बवे हर फजर तो पहला तेरा अकबर बस ना सुन ली आजान उड़के शाम होई है सुगरा परेशान।